ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ, ਪੰਜਾਬ ਫੋਕਸ ਵੇਖ ਰਹੇ ਹਾਂ, ਸਭ ਦਾ ਸਵਾਗਤ ਕਰਦੇ ਹਾਂ। ਖਬਰਾਂ ਸ਼ੁਰੂਆਤ ਕਰਾਂਗੇ। ਮੇਲਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਖਡਿਆਲਾ ਸੈਣੀਆਂ ਤੋਂ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਰਵਾਨਾ ਹੋਇਆ ਸੰਘ। ਟਾਂਡਾ ਦੇ ਪਿੰਡ ਕੋਟਲੀ ਵਿਖੇ ਪਹਿਲੇ ਪੜਾਅ ਦੇ ਆਰਾਮ ਤੋਂ ਬਾਅਦ ਤੜਕੇ ਬੋਲੇ ਸੋਨਿਹਾਲ ਦੇ ਜੈਕਾਰਿਆਂ ਵਿੱਚ ਅਗਲੇ ਪੜਾਅ ਲਈ ਰਵਾਨਾ ਹੋਇਆ। ਵੇਖੋ ਇਹ ਖਾਸ ਰਿਪੋਰਟ। ਮੇਲਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਖਡਿਆਲਾ ਸੈਣੀਆਂ ਤੋਂ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ ਸੰਘ। ਟਾਂਡਾ ਦੇ ਪਿੰਡ ਕੋਟਲੀ ਵਿਖੇ ਪਹਿਲੇ ਪੜਾਅ ਦੇ ਆਰਾਮ ਤੋਂ ਬਾਅਦ ਤੜਕੇ ਬੋਲੇ ਸੋਨਿਹਾਲ ਦੇ ਜੈਕਾਰਿਆਂ ਵਿੱਚ ਅਗਲੇ ਪੜਾਅ ਲਈ ਰਵਾਨਾ ਹੋਇਆ। ਦੁਆਬਾ ਦੀ ਸਭ ਤੋਂ ਵੱਡੀ ਪੈਦਲ ਯਾਤਰਾ ਪਾਵਨ ਸੰਘ ਦਾ ਬੇਟ ਦੇ ਇਲਾਕੇ ਵਿੱਚ ਸਵੇਰੇ 6 ਵਜੇ ਪਹੁੰਚਣ ਤੇ ਇਤਿਹਾਸਿਕ ਗੁਰਦੁਆਰਾ ਪੁੱਲ ਪੁਖਤਾ ਸਾਹਿਬ ਵਿਖੇ ਬਾਬਾ ਸੁੱਖਾ ਸਿੰਘ ਜੀ ਅਤੇ ਭਾਈ ਜਗਦੀਪ ਸਿੰਘ ਜੀ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਮਿਆਣੀ ਵਿੱਚ ਪਹੁੰਚਣ ਤੇ ਸੰਗਤਾਂ ਵੱਲੋਂ ਵਿਧਾਇਕ ਸੰਗਤ ਸਿੰਘ ਗਿੱਲ ਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਸੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਗਤਾਂ ਗੁਰਬਾਣੀ ਦਾ ਜਾਪ ਕਰਦੇ ਜਾ ਰਹੀਆਂ ਸਨ ਅਤੇ ਸਵਾਗਤ ਕਰਨ ਵਾਲੀਆਂ ਸੰਗਤਾਂ ਵੱਲੋਂ ਵੱਖ ਵੱਖ ਸਥਾਨਾਂ ਤੇ ਲੰਗਰ ਲਗਾਏ ਹੋਏ ਸਨ। ਸੰਘ ਦਾ ਬਿਆਸ ਦਰਿਆ ਦੇ ਕਿਨਾਰੇ ਪਹੁੰਚਣ ਤੇ ਹਜ਼ਾਰਾਂ ਸੰਗਤਾਂ ਦੀ ਵੱਡੀ ਗਿਣਤੀ ਕਾਰਨ ਕੁੰਭ ਦੇ ਮੇਲੇ ਵਰਗਾ ਨਜ਼ਾਰਾ ਸੀ। ਇਸ ਮੌਕੇ ਸੁਜਾਨ ਸਿੰਘ ਸਰਪ੍ਰਸਤ ਮਿਆਣੀ USA, ਜੋਗਿੰਦਰ ਸਿੰਘ ਪਿੰਡ ਕਾਵੇ, ਗੁਰੂ ਸ਼ਬਦ ਪ੍ਰਕਾਸ਼ ਗੁਰਦੁਆਰਾ ਪ੍ਰਧਾਨ ਚਿੰਮਿਲ ਸਿੰਘ, ਕਾਵੇ ਸਮੂਹ ਸਾ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 40-50 ਸਾਲਾਂ ਤੋਂ 7 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਪਾਠ ਦੀਆਂ ਲੜੀਆਂ ਦੇ ਭੋਗ ਪਾਏ ਗਏ। ਸਰਪੰਚ ਗਿਲਜੀਆਂ ਗੁਰਮੀਤ ਸਿੰਘ, ਪ੍ਰਧਾਨ ਪਿਆਰਾ ਸਿੰਘ ਗਿਲਜੀਆਂ ਵੱਲੋਂ ਸਾਲਾਨਾ ਲੰਗਰ ਲਗਾਇਆ ਗਿਆ। ਇਸੇ ਤਰ੍ਹਾਂ ਸੁਖਦੇਵ ਸਿੰਘ ਕਮਰਾਵਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਿਆਣੀ ਦੇ ਪ੍ਰਧਾਨ ਬੀਲਾ ਅਤੇ ਸਮੂਹ ਨਗਰ ਵਾਸੀ ਅਤੇ NRI ਵਿੰਗ ਵੱਲੋਂ ਲੰਗਰ ਲਗਾਏ ਗਏ। ਇਸ ਮੌਕੇ ਪਰਮਜੀਤ ਸਿੰਘ USA, ਸਹਿਜਾਤ ਸਿੰਘ USA, ਪ੍ਰਭਜੋਤ ਕੌਰ, ਹੈਜਲ ਸਿੰਘ ਐਨਾਇਆ ਨੇ ਸੰਗਤਾਂ ਦੀ ਸੇਵਾ ਕੀਤੀ ਅਤੇ ਬਲੜਾ ਪਿੰਡ ਵੱਲੋਂ 5ਵਾਂ ਲੰਗਰ ਲਗਾਇਆ ਗਿਆ। ਮਹਿੰਦਰ ਸਿੰਘ USA, ਮਿਆਣੀ ਵੈਲਫੇਅਰ ਇੰਟਰਨੈਸ਼ਨਲ ਸੋਸਾਇਟੀ ਨਿਊਯਾਰਕ, ਕੁੰਮਰ ਸਿੰਘ ਇਬਰਾਹਿਮਪੁਰ, ਜਸਪਾਲ ਸਿੰਘ USA ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਇਸ ਤੋਂ ਇਲਾਵਾ ਮਿਆਣੀ ਸੰਘ ਪਹੁੰਚਣ ਤੇ ਲਖਵੀਰ ਸਿੰਘ ਲੱਖੀ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਜਸਪਾਲ ਸਿੰਘ USA ਵੱਲੋਂ ਸਾਲਾਨਾ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸੇ ਤਰ੍ਹਾਂ ਹੀ ਫੁੰਪਣ ਸਿੰਘ ਇਬਰਾਹਿਮਪੁਰ ਅਤੇ ਮਿਆਣੀ ਵੈਲਫੇਅਰ ਇੰਟਰਨੈਸ਼ਨਲ ਸੋਸਾਇਟੀ ਨਿਊਯਾਰਕ USA ਦੇ ਸਰਪ੍ਰਸਤ ਸੁਜਾਨ ਸਿੰਘ ਦੀ ਅਗਵਾਈ ਵਿੱਚ ਫਰੂਟੀਆਂ ਚਾਹ ਪਕੌੜੇ ਦਾ ਲੰਗਰ ਲਗਾਇਆ ਗਿਆ ਅਤੇ ਫਰੂਟ ਲੰਗਰ ਇਸ ਸੁਸਾਇਟੀ ਵੱਲੋਂ ਵੱਡੇ ਪੱਧਰ ਤੇ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਇਹਨਾਂ ਵਿੱਚ ਸੰਘ ਦੀ ਸੇਵਾ ਕਰਨ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਪਿੰਡ ਮੰਗੀ ਤੋਂ ਜਸਵਿੰਦਰ ਕੌਰ ਸਰਪੰਚ ਵੱਲੋਂ ਹਰ ਸਾਲ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਹਨਾਂ ਨਾਲ ਪਰਮਜੀਤ ਸਿੰਘ USA, ਗੁਰਪ੍ਰਤਾਪ ਸਿੰਘ USA, ਹਰਮੇਸ਼ ਲਾਲ, ਅਮਰਜੀਤ ਸਿੰਘ, ਰਾਮ ਸਿੰਘ ਫੌਜੀ ਆਦਿ ਸ਼ਾਮਲ ਸਨ। ਜਿੱਥੇ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਗਈਆਂ ਨੇ, ਸਭ ਨੇ ਦਰਸ਼ਨ ਦੇਖੇ। ਸੁਰਤ ਤੋਂ ਪਹਿਲਾਂ
ਉੱਥੇ ਖੇਡਾਂ। ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਸਾਰੀਆਂ ਸੰਗਤਾਂ ਜਿਹੜੀਆਂ ਖੜਿਆਲਾ ਸੈਨੀਆਂ ਤੋਂ ਜਾ ਰਹੀਆਂ ਨੇ ਡੇਰਾ ਬਾਬਾ ਨਾਨਕ, ਸਾਡੇ ਤੋਂ ਬਹੁਤ ਬਹੁਤ ਬਣਾਈ ਹੈ। ਸਾਡੇ ਸਕੂਲ ਦੇ ਸਟਾਫ ਨੇ, ਸਾਡੇ ਸਟਾਫ ਨੇ ਇੱਥੇ ਲੰਗਰ ਲਗਾਉਣਾ ਸੀਗਾ। ਸਾਰਿਆਂ ਦਾ ਆਸ਼ੀਰਵਾਦ ਹਰ ਟਾਈਮ ਸਕੂਲ ਤੋਂ ਬਣਿਆ ਰਹੇ। ਜਿੰਨੀਆਂ ਸੰਗਤਾਂ ਗਈਆਂ ਸਾਰਿਆਂ ਨੂੰ ਇਹੋ ਹੀ ਆ ਕਿ ਰਲ ਮਿਲ ਕੇ ਰਹਿਣ, ਪ੍ਰੇਮ ਪਿਆਰ ਨਾਲ ਰਹਿਣ। ਅੱਜ ਕੱਲ੍ਹ ਜੋ ਹੋ ਰਿਹਾ ਹੈ ਭਾਰਤ ਵਿੱਚ, ਉਸ ਚੀਜ਼ ਨੂੰ ਸੁਧਾਰਨ ਵਾਸਤੇ ਜਿੰਨਾ ਕੁ ਪ੍ਰੇਮ ਪਿਆਰ ਆਪਸ ਵਿੱਚ ਲੈ ਕੇ ਆਓਗੇ, ਧਰਮ ਸਾਰੇ ਇੱਕ ਨੇ, ਇੱਕ ਹੋ ਕੇ ਸਾਰੇ ਰਲ ਮਿਲ ਕੇ ਇੰਡੀਆ ਨੂੰ ਉੱਪਰ ਲੈ ਕੇ ਆਉਣ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਨਾਨਕ ਦੇ ਦਿਨ 'ਤੇ ਲੱਖ ਲੱਖ ਵਧਾਈ ਸਾਰੀ ਸੰਗਤ ਨੂੰ। ਇਹ ਹਰ ਸਾਲ ਦੀ ਤਰ੍ਹਾਂ ਚੱਲਦਾ ਬਾਬੇ ਦਾ ਦਿਨ ਆਉਂਦਾ, ਇਹ 14-15 ਸਾਲ ਤੋਂ ਸੇਵਾ ਚੱਲ ਰਹੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ। ਸਵਾਜਪੁਰ ਅਤੇ ਬਾਗਪੁਰ ਸਤੌਰ ਤੋਂ ਸੰਗਤ ਆਉਂਦੀ ਆ, ਸਾਰੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰਦੀ ਹੈ। ਹਾਂਜੀ, ਮੇਰਾ ਨਾਮ ਸੁਰਿੰਦਰ ਸਿੰਘ ਅਤੇ ਪਿੰਡ ਮੇਰਾ ਦਪੁਰ ਜੀ ਹੈ ਜੀ। ਅਤੇ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਬਾਰੇ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਪ੍ਰੀਤਮ ਸਿੰਘ ਗੋਪੀਆ ਜੀ ਸੇ ਔਰ ਮੇਰੇ ਨਾਲ ਮੇਰੇ ਛੋਟੇ ਵੀਰ ਸਦਾਪ੍ਰਦੀਪ ਸਿੰਘ ਗੋਪੀਆ ਜੀ ਸੇ ਤੋਂ ਅਸੀਂ ਜੋ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਇਆ, ਇਹ ਜੋ ਹਰ ਸਾਲ ਦੀ ਤਰ੍ਹਾਂ ਜੋ ਡੇਰਾ ਬਾਬਾ ਨਾਨਕ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਸੰਗਤਾਂ ਜਾਂਦੀਆਂ ਹਨ ਖੋੜਾ ਸਾਹਿਬ ਗੁਰਦੁਆਰੇ ਦੇ ਵਿੱਚ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਤੋਂ ਇਹ ਬਹੁਤ ਵੱਡਾ ਜੋ ਗੜ ਮੁੱਕ ਆਉਂਦਾ ਹੈ। ਇਹ ਜੋ ਸੰਗ ਇੱਥੋਂ ਜਾਂਦਾ ਹੈ ਬਰਵਾਲ ਤੋਂ ਅਤੇ ਜੋ ਡੇਰਾ ਬਾਬਾ ਨਾਨਕ ਪਹੁੰਚਦਾ ਹੈ, ਅਤੇ ਅੱਜ ਅਸੀਂ ਇਹ ਵੱਡੀ ਮਿਆਣੀ ਦੇ ਵਿੱਚ ਦਾਸ ਮੇਰੇ ਪਿਤਾ ਜੀ ਸਰਦਾਰ ਸਿੰਘ ਰਸਮ ਜਿਹਨਾਂ ਦੀ ਇੱਥੇ ਮਾਰਕੀਟ ਬਹੁਤ ਵੱਡੀ ਬਣਾਈ ਹੋਈ ਹੈ। ਇੱਥੇ 3 ਦਿਨ ਤੋਂ ਪਾਣੀ ਦੇ ਪਕਵਾਨ ਚੱਲਦੇ ਹਨ, ਨਾਲ ਗੁਰੂ ਕੇ ਲੰਗਰ ਚੱਲਦੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਜਿਹਨਾਂ ਲੋਕਾਂ ਦੀਆਂ ਜਿਹਨਾਂ ਗੁਰਮੁਖਾਂ ਸੰਗਤਾਂ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਹਨ, ਉਹ ਇੱਥੇ ਆ ਕੇ ਵੱਧ ਤੋਂ ਵੱਧ ਸੇਵਾ ਕਰਦੀਆਂ ਹਨ। ਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈਗਾ ਹੈ, ਜੋ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਹਿਬ ਜਾਣ ਵਾਲੀਆਂ 14 ਸਾਹਿਬ ਦਰਸ਼ਨ ਕਰਨ ਵਾਸਤੇ ਜਾਣ ਵਾਲੀਆਂ ਸੰਗਤਾਂ ਵਾਸਤੇ ਜੋ ਮਿਆਲੀ ਪਿੰਡ ਦੇ ਵਿੱਚ ਬਹੁਤ ਹੀ ਲੰਗਰ ਲੱਗੇ ਹੋਏ ਹਨ। ਬਾਬਾ ਡੇਰਾ ਬਾਬਾ ਨਾਨਕ ਲੰਗਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਸ਼ਨਾਂ ਵਾਸਤੇ ਜੋ ਕੱਲ੍ਹ ਸਾਂਗੇ ਰਵਾਨਾ ਹੋਇਆ ਹੈ ਪਟਿਆਲਾ ਫੈਰੀਆਂ ਤੋਂ, ਅੱਜ ਦੂਸਰਾ ਦਿਨ ਹੈ ਕਿਉਂਕਿ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਜੋ ਗੁਰੂ ਨਾਨਕ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ, ਜੋ ਕਿ ਸਭ ਨੂੰ ਜਾਣ ਵਾਲੀਆਂ ਸੰਗਤਾਂ ਸਾਨੂੰ ਮੇਰਾ ਕਿਉਂਕਿ 30 ਸਾਲ ਹੋ ਗਏ ਨੇ ਜੋ ਅਸੀਂ ਇੱਥੇ ਪ੍ਰੋਗਰਾਮ ਆਪਣੇ ਦੁਕਾਨਾਂ 'ਤੇ ਕਰ ਰਹੇ ਹਾਂ। ਸਰਦਾਰ ਲਖਵਿੰਦਰ ਸਿੰਘ ਲੱਖੀ ਜੀ, ਮੈਂ ਅਸੀਂ ਵੀ ਚੇਚੇ ਤੌਰ 'ਤੇ ਅਮੈਰੀਕਾ ਤੋਂ ਆ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਵੀਰ ਸਿੰਘ ਬਿੱਲਾ, ਬਲਾਕ ਸਮਿਤੀ ਮੈਂਬਰ ਮਿਆਣੀ, ਜੋ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ 25-30 ਸਾਲ ਤੋਂ ਸੰਗ ਡੇਰਾ ਬਾਬਾ ਨਾਨਕ 16 ਸਾਹਿਬ ਦੇ ਦਰਸ਼ਨ ਜਾਣ ਵਾਲੀਆਂ ਸੰਗਤਾਂ ਨੂੰ ਜੀਆਂ ਕਹਿਣ ਲਈ ਸੇਵਾ ਕਰ ਰਹੇ ਹਾਂ। ਇੱਥੇ 1 ਮਹੀਨੇ ਤੋਂ 31 ਜਨਵਰੀ ਤੋਂ ਲੱਗ ਕੇ 2 ਮਾਰਚ ਤੱਕ ਲੰਗਰ ਦੀ ਸੇਵਾ ਚੱਲ ਰਹੀ ਹੈ, ਜੋ ਅੱਜ ਸਾਰਾ ਦਿਨ ਚੱਲਦੀ ਰਹਿਣੀ ਹੈ। ਇਸੇ ਤਰ੍ਹਾਂ 31 ਜਨਵਰੀ ਤੋਂ 1 ਮਾਰਚ ਤੱਕ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਰਹੀ ਹੈ। 13-13 ਪਰਿਵਾਰਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਜਿਨ੍ਹਾਂ ਪਰਿਵਾਰਾਂ ਨੇ ਸੇਵਾ ਲਈ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਇਹ ਜਿਹੜੀ ਸੇਵਾ ਚੱਲਦੀ ਹੈ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਹਰ ਸਾਲ ਹੀ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਆਉਂਦੇ ਨੇ ਅਤੇ ਅਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ ਨੇ। ਲੱਖਾਂ ਦੀ ਸੇਵਾ ਚੱਲ ਰਹੀ ਹੈ, ਸਾਡੇ ਦਾ ਲੰਗਰ ਚੱਲ ਰਿਹਾ,
ਤੋਂ ਪੈਦਲ ਜਾਂਦੇ ਸੀ, ਹੁਣ ਦਰਿਆ ਤੱਕ ਪੈਦਲ ਜਾਈਦਾ। ਅੱਗੇ ਫਿਰ ਗੱਡੀ ਬਾਹਰ ਕਿੱਥੇ ਰਹਿੰਦੇ ਹੋ? ਕਾਰੋਬਾਰ ਮਤਲਬ ਆਪਣਾ ਸ਼ੌਕ ਵਗੈਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ ਮਿਆਣੀ, ਐਨ ਆਰ ਆਈ ਯੂਨੀਵਰਸਿਟੀ ਤੋਂ ਆਇਆ ਜੀ ਨਿਊ ਯਾਰਕ। ਅਸੀਂ ਗੁਰੂ ਨਾਨਕ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸੇਵਾ ਕਰਨ ਲਈ ਉੱਥੇ ਸਾਡੇ ਐਨ ਆਰ ਆਈ ਭਰਾ, ਅਸੀਂ 20-25 ਬੰਦੇ ਆਏ ਅਤੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਸਾਡੇ ਵੱਲ ਦੇਖ ਕੇ ਇੱਥੇ ਵੀ ਲੋਕ ਬਾਬੇ ਨਾਨਕ ਲੇਵਾ ਨਾਮ ਵਧੇ ਔਰ ਸਿੱਖੀਆਂ ਜੁੜਨ, ਨਸ਼ਾ ਰਹਿ ਧੋਣ, ਆਪਣੀ ਕਿਰਤ ਕਰਨ ਦਸਾਂ ਨਵਾਂ ਦੀ ਔਰ ਇਸ ਵਿੱਚ ਹਿੱਸਾ ਪਾਉਣ ਔਰ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਜਾਨ ਸਿੰਘ, ਸਰਪ੍ਰਸਤ ਮਿਆਣੀ ਵੈਲਫੇਅਰ ਸਟੱਡੀ ਨਿਊਯਾਰਕ USA, ਅਤੇ ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਸਟੱਡੀ ਦੇ ਮੈਂਬਰ ਸਭਾਣ ਵੱਲੋਂ ਮਾਸਟਰ ਮਹਿੰਦਰ ਸਿੰਘ ਜੀ, ਦਿਲਬਾਗ ਸਿੰਘ ਜੀ, ਲਾਲੀ ਬਾਬਾ ਜੀ ਅਤੇ ਬਾਬਾ ਜਗਿੰਦਰ ਸਿੰਘ ਜੀ, ਹੋਰ ਜਿੰਨੇ ਵੀ ਮੇਰੇ ਵੀਰ ਸੈਟ ਦੇ ਮੈਂਬਰ ਹਨ, ਉਹਨਾਂ ਵੱਲੋਂ ਸਾਰੇ ਹੀ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ। ਔਰ ਜਿੰਨੀਆਂ ਵੀ ਸੰਗਤਾਂ ਚੋਲਾ ਸਾਹਿਬ ਦਰਸ਼ਨਾਂ ਨੂੰ ਜਾ ਰਹੀਆਂ ਹਨ, ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਮਹਾਰਾਜ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ। ਬਹੁਤ NRI ਵੀਰ ਉੱਥੋਂ ਆਏ ਨੇ ਜਿਨ੍ਹਾਂ ਨੇ ਇੱਥੇ ਬੜੇ ਹੈਵੀ ਪੱਧਰ 'ਤੇ ਸਟਾਲ ਲਾਏ ਹੋਏ ਹਨ, ਬਹੁਤ ਦੁਨੀਆ ਦੀ ਸੇਵਾ ਕਰ ਰਹੇ ਹਨ। ਮੈਨੂੰ ਆਸ ਹੈ ਕਿ ਅਸੀਂ ਅਗਲੇ ਸਾਲ ਵੀ ਆ ਕੇ ਹਰ ਪ੍ਰੋਗਰਾਮ ਅਟੈਂਡ ਕਰਿਆ ਕਰਾਂਗੇ ਅਤੇ ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਮੈਨੀ ਵੈਲਫੇਅਰ ਸਟੱਡੀ ਦੇ ਮੈਂਬਰ ਸਾਹਿਬਾਨ ਵੱਲੋਂ ਆਈਆਂ ਸੰਗਤਾਂ ਨੂੰ ਜੀ ਆ ਕਹਿੰਦਾ ਹਾਂ ਅਤੇ ਜਿੰਨੀਆਂ ਵੀ ਸੰਗਤਾਂ ਚੋਲਾ ਸਾਹਿਬ ਦਰਸ਼ਨ ਕਰਨ ਜਾ ਰਹੀਆਂ ਹਨ, ਮਹਾਰਾਜ ਸਾਰਿਆਂ ਨੂੰ ਦੀ ਆਸਾਂ ਮੁਰਾਦਾਂ ਪੂਰੀਆਂ ਕਰੇ, ਉਹਨਾਂ ਦੇ ਬੱਚਿਆਂ ਨੂੰ ਅੱਛੀ ਵਿੱਦਿਆ ਦੇਵੇ। ਅਤੇ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਦਰਸ਼ਨ ਕਰਨ ਦਾ ਫਾਇਦਾ ਤਾਂ ਹੈ ਜੇ ਆਪਾਂ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਆਹੀ ਉਸ 'ਤੇ ਚੱਲ ਸਕੀਏ। ਸਾਂਝੀ ਵਾਰਤਾ ਦਾ ਜੋ ਉਪਦੇਸ਼ ਮਹਾਰਾਜ ਦਿੱਤਾ ਸੀ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਾਣ ਵਾਲੀਆਂ ਸੰਗਤਾਂ ਦਾ ਪਿੰਡ ਗਿਲਜੀਆਂ ਵੱਲੋਂ ਧੰਨਵਾਦ ਕਰਦੇ ਹਾਂ ਔਰ ਲੰਗਰ ਦੀ ਸੇਵਾ ਕੀਤੀ ਹੈ। ਲੰਗਰ ਛੱਕ ਕੇ ਜਾਂਦੇ ਨੇ ਔਰ ਸਾਫ ਸਫਾਈ ਵੀ ਪੂਰੀ ਰੱਖਦੇ ਨੇ ਅਤੇ ਸਾਡੇ MLA ਸਾਹਿਬ ਗਿਲਜੀਆਂ ਸਾਹਿਬ ਉਹਨਾਂ ਦੇ ਸ਼ੁਕਰਾਨੇ ਵੱਲੋਂ ਉਹਨਾਂ ਵੱਲੋਂ ਪੂਰੇ ਪਿੰਡ ਦਾ ਲੰਗਰ ਸਾਂਝਾ ਲੱਗਦਾ। ਸਾਰੀ ਸੰਗਤ ਪਿੰਡ ਦੀ ਆਣ ਕੇ ਸੇਵਾ ਕਰਦੀ ਹੈ, ਨਾਲ ਹੀ ਜਾਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦੀ ਹੈ। ਅੱਜ ਦਾ ਜਿਹੜੇ ਦਿਹਾੜਾ ਹੈ, ਚੋਲਾ ਸਾਹਿਬ ਨੂੰ ਜਿਹੜੇ ਸੰਗ ਜਾ ਰਹੇ ਨੇ ਉਹਨਾਂ ਦੀ ਸੰਬੰਧ ਵਿੱਚ ਬਹੁਤ ਇਕੱਤਰਤਾ ਹੋਈ ਹੈ। ਚੋਲਾ ਸਾਹਿਬ ਦੇ ਮੇਲੇ ਦੀਆਂ ਖੁਸ਼ੀਆਂ ਵਿੱਚ 7 ਤਰੀਕ ਤੋਂ 7 ਫਰਵਰੀ ਤੋਂ ਇਹ ਲੜੀ ਆਰੰਭ ਹੋਈ ਸੀ, ਜੋ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ, ਲੰਗਰ ਦੇ ਸਹਿਯੋਗ ਨਾਲ ਅਤੇ ਬਾਹਰਲੀਆਂ ਸੰਗਤਾਂ ਨੇ ਬੜੀ ਵੱਧ ਚੜ੍ਹ ਕੇ ਸੇਵਾ ਕੀਤੀ ਹੈ। ਹਰ ਸਾਲ ਦੀ ਤਰ੍ਹਾਂ ਹੁਣ ਸੰਪੂਰਨਤਾ ਸਾਹਿਬ ਭੋਗ ਪਾਏ ਗਏ ਨੇ। ਸਾਰਾ ਇਲਾਕਾ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕਰਦਾ। ਅਸੀਂ ਕਈਆਂ ਚਿਰਾਂ ਤੋਂ ਇੱਥੇ ਆ ਰਹੇ ਹਾਂ, ਤਕਰੀਬਨ 5-5 ਪਾਠਾਂ ਦੀ ਲੜੀ ਚੱਲਣ ਰਹੀ 7 ਤਰੀਕ ਦੀ। 5 ਪਾਠ ਰੰਗ ਹੁੰਦੇ ਆ, ਪੰਜਾਂ ਦੇ ਭੋਗ ਪੈ ਜਾਂਦੇ ਆ। ਸੰਗਤਾਂ ਦਰਸ਼ਨ ਕਰਨ ਆਇਆ, ਸੰਗਤਾਂ 'ਚ ਬਹੁਤ ਉਤਸ਼ਾਹ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚੋਲੇ ਦੇ ਸੰਬੰਧ ਵਿੱਚ ਇੱਥੋਂ ਨਗਰ ਕੀਰਤਨ ਨਿਕਲਦੇ ਨੇ, ਜਿਨ੍ਹਾਂ ਦੇ ਸੰਬੰਧ ਵਿੱਚ ਬਿਆਸ ਦਰਿਆ ਦੇ ਉੱਤੇ ਬੜੀਆਂ ਸੰਗਤਾਂ ਘੁੰਮ ਘੁੰਮਾ ਕੇ ਪਹੁੰਚੀਆਂ ਨੇ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੂੰ ਵੱਖ ਵੱਖ ਵਧਾਈ ਹੋਵੇ ਕਿ ਬਾਬੇ ਨਾਨਕ ਦਾ ਲੰਗਰ ਕਈ ਸਾਲਾਂ ਤੋਂ ਚੱਲਦਾ ਆ ਰਿਹਾ, ਬੜੀ ਧੂਮਧਾਮ ਨਾਲ ਲੱਗ ਰਿਹਾ। ਉਸ ਵਾਹਿਗੁਰੂ ਦੀ ਕਿਰਪਾ ਸਾਨੂੰ ਤਾਂ ਅੱਜ ਦਾ ਹੀ ਪਤਾ ਹੁੰਦਾ ਅੱਜ ਲੰਗਰ, ਪਰ ਸਾਨੂੰ ਇਹ ਨਹੀਂ ਪਤਾ ਕਦੋਂ ਦਾ। ਸੋ ਇਸ ਨਾਲ ਸੰਬੰਧ ਆ ਗਿਆ। ਧੰਨਵਾਦ।